ब्लॉक तलवाड़ा के गांव रायपुर से एक महिंद्रा गाड़ी से सरकारी गेहूं के साथ 3 लोगों को काबू किया है। डीएसपी अनिल पनोट ने प्रेस को जानकारी देते हुए बताया कि सूचना के आधार पर इन लोगों को काबू किया गया है। पकड़े गए तीनों लोगों से एक की तबीयत खराब होने के चलते उसे अस्पताल में भर्ती करवाया गया और 2 लोगों को थाना तलवाड़ा की हवालात में रखा गया है। डीएसपी ने प्रेस को बताया कि गेहूं को लेने और देने वाले दोनों ही बराबर के गुनाहगार हैं, जो भी आरोपी होगा उसे बख्शा नहीं जाएगा। ਪਰਿਵਾਰਾਂ ਨੂੰ 2 ਰੁਪਏ ਕਿਲੋ ਗੇਹੂੰ ਦਿੱਤਾ ਜਾ ਰਿਹਾ, ਕਣਕ ਦਿੱਤੀ ਜਾ ਰਹੀ ਹੈ ਅਤੇ ਲੋਕ ਇਹਨਾਂ ਨੂੰ ਜਿਹੜੇ ਜ਼ਰੂਰਤਮੰਦ ਨੇ ਕਿੱਦਾਂ ਮਿਸਯੂਜ਼ ਕਰ ਰਹੇ ਨੇ। ਇਹਦੇ ਰਿਗਾਰਡਿੰਗ ਅੱਜ ਆਪਣੇ ਥਾਣੇ ਤਲਵਾੜੇ ਦੇ ਨੇ ਅਸਿਸਟੈਂਟ ਸਬ ਇੰਸਪੈਕਟਰ ਸਰਦਾਰ ਸਤਨਾਮ ਸਿੰਘ, ਇਹਨਾਂ ਨੂੰ ਸਰਪੰਚ ਰੈਪੁਰ ਹੈਗਾ ਤੁਹਾਡੇ ਤਲਵਾੜੇ ਥਾਣੇ 'ਚ ਪਿੰਡ ਪੈਂਦਾ, ਉਹਨਾਂ ਨੇ ਫੋਨ ਕੀਤਾ ਸੀ ਕਿ ਇੱਦਾਂ ਦੀ ਇੱਕ ਗੱਡੀ ਹੈਗੀ ਆ ਮਹਿੰਦਰਾ ਦੇ ਵਿੱਚ 3 ਸਵਾਰ ਨੇ ਜਿਹੜੇ ਕਿ ਲੋਕਾਂ ਤੋਂ ਕਣਕ ਇਕੱਠੀ ਕਰ ਰਹੇ ਨੇ ਅਤੇ ਲੋਕ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਸਬਸਿਡੀ ਰੇਟ 'ਤੇ ਜਿਹੜੇ ਜ਼ਰੂਰਤਮੰਦਾਂ ਨੂੰ 2 ਰੁਪਏ ਕਿਲੋ ਕਣਕ ਦਿੱਤੀ ਹੈ, ਇਹਨਾਂ ਨੂੰ ਇਹ ਕਣਕ ਨੂੰ ਮਹਿੰਗੇ ਭਾਅ ਵੇਚ ਰਹੇ ਨੇ। ਅਤੇ ਸਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ? ਗ੍ਰਿਫਤਾਰ ਦੇਖੋ ਮੌਕੇ 'ਤੇ ਜੋ ਠਾਣੇਦਾਰ ਸਾਹਿਬ ਸਾਡੇ ਗਏ ਨੇ, 3 ਜਣੇ ਉਹਨਾਂ ਨੇ ਉੱਥੇ 3 ਜਣੇ ਸਮੇਤ ਇੱਕ ਮਹਿੰਦਰਾ ਪਿਕਅਪ ਵੈਨ ਹੈਗੀ ਹੈ, ਇਹਦੇ ਵਿੱਚ ਇੱਕ ਰਮਨ ਕੁਮਾਰ, ਬਲਜੀਤ ਕੁਮਾਰ ਅਤੇ ਹਰਬੰਸ ਲਾਲ। ਫਿਲਹਾਲ ਅਸੀਂ 2 ਬੰਦੇ ਦੀ ਅਰੈਸਟ ਪਾਈ ਹੈ, ਇੱਕ ਰਮਨ ਕੁਮਾਰ ਅਤੇ ਬਲਜੀਤ ਕੁਮਾਰ ਦੀ। ਅਤੇ ਐਸ ਐਫ ਸਾਹਿਬ ਦੱਸਣ ਦੇ ਮੁਤਾਬਕ ਹਰਬੰਸ ਲਾਲ ਦੀ ਕੋਈ ਤਬੀਅਤ ਖਰਾਬ ਸੀਗੀ, ਮਤਲਬ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਅਸੀਂ ਰਿਸਕ ਮੈਨੇਜ ਅੱਜ ਲਿਆ ਅਤੇ ਉਹਨੂੰ ਫੌਰਨ ਹੀ ਅਸੀਂ ਇੱਥੇ BBMP ਦਾਖਲ ਕਰਾਇਆ। ਜੋ ਡਾਕਟਰ ਸਾਹਿਬ ਅੱਗੇ ਰਿਪੋਰਟ ਦੇਣਗੇ ਉਸ ਹਿਸਾਬ ਨਾਲ ਆਪਣੇ ਉਹਦੇ ਹਿਸਾਬ ਨਾਲ ਜੋ ਅੱਗੇ ਫਰਦਰ ਐਕਸ਼ਨ ਲਿਆ ਜਾਊਗਾ। ਸਰ ਕਿੰਨੇ ਕਿਲੋ ਮਾਲ ਬਰਾਮਦ ਕੀਤਾ? ਦੇਖੋ ਅਪਰੋਕਸੀਮੇਟਲੀ ਜਿਹੜਾ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਜੋ ਸੁਣਨ 'ਚ ਆ ਰਿਹਾ ਜੋ ਇਹਨਾਂ ਨੇ ਉਹਦੇ ਵਿੱਚ ਦੱਸ ਰਹੇ ਕਿ ਕਣਕ ਤਾਂ ਇਹਨਾਂ ਪਿੱਛੋਂ ਵੀ ਇਕੱਠੀ ਕੀਤੀ ਹੈ, ਉਹ ਅਸੀਂ ਡਿਟੇਲਡ ਇਹਨਾਂ ਨੂੰ ਇੰਟਰੋਗੇਸ਼ਨ ਕਿ ਫੌਰਨ ਟਾਈਮਿੰਗ ਜਿਹੜੀ ਉਹਨਾਂ ਨੇ ਮੇਰੇ ਖਿਆਲ ਜਿਹੜੇ 3 ਬੰਦੇ ਹੋਰ ਨੇ ਰੈਪੁਰ ਦੇ ਉਹ ਵੀ ਅਸੀਂ ਨੋਮੀਨੇਟ ਕੀਤੇ ਨੇ, ਜਿਹੜੇ ਕਿ ਸਰਕਾਰ ਦੀ ਜਿਹੜੀ ਪੋਲਸੀਜ਼ ਹੈਗੀ ਹੈ ਜਾਂ ਸਰਕਾਰ ਦੀ ਜਿਹੜੀ ਕੋਈ ਬੈਨੀਫਿਸ਼ਲ ਸਕੀਮਸ ਹੈਗੀਆਂ ਉਹਨਾਂ ਨੂੰ ਮਿਸਯੂਜ਼ ਕਰ ਰਹੇ ਨੇ। ਠੀਕ ਹੈ ਜੀ, ਉਹਦੇ ਵਿੱਚ ਇੱਕ ਰਾਮ ਕੁਮਾਰ ਹੈ, ਬਾਲਕ੍ਰਿਸ਼ਨ ਹੈ ਅਤੇ ਇੱਕ ਨਿਸ਼ਾ ਹੈ, ਵਾਈਫ ਆਫ ਰਕੇਸ਼ ਕੁਮਾਰ। ਇਹਨਾਂ ਨੇ ਜਿਹੜਾ ਇਹ ਕਣਕ ਹੈਗੀ ਹੈ ਇਹ ਵੱਧ ਭਾਅ 'ਤੇ ਉਹਨਾਂ ਨੂੰ ਵੇਚੀ ਹੈ। ਨਿਵਾਸੀ ਕਿੱਥੇ ਦੇ ਆ ਸਰ? ਇਹ ਰੈਪੁਰ ਦੇ ਨੇ। ਸਰਕਾਰ ਦੀ ਜਿਹੜੀ ਕੋਈ ਸਰਕਾਰ ਨੇ ਗਰੀਬਾਂ ਵਾਸਤੇ ਦਿੱਤੀ ਹੈ, ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜੇ ਦੇਖਿਆ ਜਾਵੇ ਤਾਂ ਇਹ ਹਰ ਬੰਦੇ ਕੋਲ ਰਾਸ਼ਨ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜੇ ਇਹ ਇੱਕ ਪਾਸੇ ਤੋਂ ਜਿਹੜੀ ਜਨਤਾ ਹੈਗੀ ਇੱਦਾਂ ਦੂਜੀ ਜਨਤਾ ਨੂੰ ਵੀ ਖਰਾਬ ਕਰ ਰਹੀ ਹੈ ਅਤੇ ਸਰਕਾਰ ਤਾਂ ਪ੍ਰਾਈਵੇਟ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ, ਸਰਕਾਰਾਂ ਇਹਨਾਂ ਦੇ ਘਰ ਰਾਸ਼ਨ ਮੁਹੱਈਆ ਕਰਾ ਰਹੀਆਂ ਤਾਂ ਕਿ ਇਹਨਾਂ ਦੇ ਵਿੱਚੋਂ ਆਹ ਜਿਹੜੀ ਮਹਾਂਮਾਰੀ ਚੱਲ ਰਹੀ ਹੈ ਇਹਦੇ ਵਿੱਚ ਕੋਈ ਬੰਦਾ ਭੁੱਖਾ ਨਾ ਸੌਵੇ। ਲੇਕਿਨ ਇਹ ਬੰਦੇ ਉਸੇ ਰਾਸ਼ਨ ਨੂੰ ਸਸਤੇ ਭਾਅ 'ਤੇ ਖਰੀਦ ਕੇ, ਠੀਕ ਹੈ, ਕਿੱਥੇ 2 ਰੁਪਈਏ ਅਤੇ ਕਿੱਥੇ 17 ਰੁਪਈਏ, ਠੀਕ ਹੈ। ਅਤੇ ਇਹ ਹੁਣ ਇੱਕ ਜਿਹੜਾ ਕਿ ਜਿਹੜੀ ਇਹਨਾਂ ਨੇ ਓਫੈਂਸ ਕੀਤਾ ਆ, ਇਹ ਜਿਹੜੀ ਐਸੈਂਸ਼ੀਅਲ ਕਮੋਡਿਟੀਜ਼ ਦੇ ਅੰਡਰ ਆਉਂਦਾ 7EC ਦੇ ਵਿੱਚ, ਠੀਕ ਹੈ ਜੀ। ਤਾਂ ਇਸ ਕਰਕੇ ਨਾ ਅਤੇ ਤਿੰਨਾਂ ਦੇ ਖਿਲਾਫ਼ ਆਪਾਂ ਜਿਹੜੇ ਫਸਟ ਏਜ 'ਤੇ ਤਿੰਨਾਂ ਦੇ ਖਿਲਾਫ਼ ਅਤੇ ਨਾਲ ਆ ਜਿਹੜੇ 3 ਜਿਹੜੇ ਦੇਣ ਵਾਲੇ ਇਹਨਾਂ ਦੇ ਖਿਲਾਫ਼ ਅਸੀਂ FIR ਰਜਿਸਟਰ ਕਰਤੀ ਹੈ। ਇਹਦੇ 'ਚ ਜੀ 7EC ਐਕਟ ਹੈ, 54 ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ, ਨਾਲ ਜਿਹੜਾ ਜੀ ਆਹ ਕਰਫਿਊ ਦੇ ਦੌਰਾਨ 'ਚ ਕਰਫਿਊ ਦੇ 168, 188, 269, 279 ਜੀ IPC, ਇਹਨਾਂ ਦੇ ਖਿਲਾਫ਼ ਅਸੀਂ FIR ਰਜਿਸਟਰ ਕਰਤੀ ਹੈ। ਤਫਤੀਸ਼ ਜਾਰੀ ਆ, ਕਿਉਂਕਿ ਤੁਹਾਨੂੰ ਦੱਸਿਆ ਕਿ ਹਾਂ ਵੀ ਇੱਕ ਬੰਦੇ ਦੀ ਵਿੱਚ ਉਹ ਤਬੀਅਤ ਏਜ ਦੱਸਿਆ ਬੰਦਾ 7-8 ਸਾਲ ਦਾ, ਉਹ ਜਿੱਦਾਂ ਉਹ ਕਹਿੰਦਾ ਜੀ ਤਬੀਅਤ ਖਰਾਬ ਹੈਗੀ ਹੈ ਅਤੇ ਅਸੀਂ ਇਸ ਚੀਜ਼ ਨੂੰ ਮੁੱਖ ਰੱਖਦੇ ਹਾਂ ਅੱਜ ਕੱਲ੍ਹ ਹਾਲਾਤ, ਕਿਉਂਕਿ ਕੁਛ ਵੀ ਹੋ ਸਕਦਾ, ਇਸ ਕਰਕੇ ਅਸੀਂ ਪ੍ਰਾਇਓਰਟੀ ਤੋਂ ਪਹਿਲਾਂ ਅਸੀਂ BBMP ਦਾਖਲ ਕਰਾਇਆ, ਬਾਕੀ ਉਹ ਜੋ ਡਾਕਟਰ ਸਾਹਿਬ ਕਹਿਣਗੇ ਉਸ ਹਿਸਾਬ ਨਾਲ ਅੱਗੇ ਇਨਵੈਸਟੀਗੇਸ਼ਨ ਕਰਾਂਗੇ। ਸਰ ਇਹ ਜਿਹੜੀ ਕਾਰਵਾਈ ਤੁਸੀਂ ਕੀਤੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ? ਨਹੀਂ ਨਹੀਂ, ਤੁਹਾਨੂੰ ਦੱਸਿਆ ਨਾ ਸਿੱਧੇ ਜਿਹੜੇ ਸਰਪੰਚ ਰੈਪੁਰ ਨੇ, ਉਹਨਾਂ ਨੇ ਤੁਹਾਨੂੰ ਕਮਿਸ਼ਨ, ਸਰਪੰਚ ਰੈਪੁਰ ਪਵਨ ਕੁਮਾਰ ਨੇ ਜੀ, ਸ਼੍ਰੀ ਪਵਨ ਕੁਮਾਰ ਜੀ, ਹਾਂਜੀ ਉਹਨਾਂ ਦੀ ਠੀਕ ਹੈ, ਉਹ ਬਹੁਤ ਵਧੀਆ ਉਹਨਾਂ ਨੇ ਡਿਊਟੀ ਕੀਤੀ ਹੈ ਕਿ ਹਾਂ ਵੀ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਕੋਈ ਵੀ ਸਬਸਿਡਾਈਜ਼ ਸਕੀਮਾਂ ਹੈਗੀਆਂ ਉਹ ਹਰ ਜਨਤਾ ਕੋਲ ਜਾਂਦੀਆਂ ਜਨਤਾ ਦੇ ਫਾਇਦੇ ਵਾਸਤੇ, ਜੇ ਉਹਨੂੰ ਕੋਈ ਗਲਤ ਤਰੀਕੇ ਨਾਲ ਮਿਸਯੂਜ਼ ਕਰਕੇ ਅਤੇ ਘੱਟ ਪੈਸੇ ਨਾ ਖਰੀਦ ਕੇ ਅਤੇ ਵੱਧ ਪੈਸੇ 'ਚ ਸਰਕਾਰ ਦੀ ਆਮ ਚੀਜ਼ ਨੂੰ ਵੇਚ ਰਿਹਾ ਅਤੇ ਓਫੈਂਸ ਹੈਗਾ। ਮੈਂ ਉਹਨਾਂ ਸਰਪੰਚ ਸਾਹਿਬ ਦਾ, ਪਵਨ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਹ ਅਸੀਂ ਕਾਰਵਾਈ ਕਰਾਂਗੇ ਤਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਹਾਂ ਵੀ ਜਿਹੜੀ ਇਹ ਚੀਜ਼ ਹੈਗੀ ਆ ਸੈਂਸ਼ਲ ਕਮੋਡਿਟੀ ਹੈਗੀ ਆ, ਇਹ ਤੁਹਾਡੇ ਘਰ ਦੇ ਯੂਜ਼ ਵਾਸਤੇ ਆ, ਨਾ ਕਿ ਅੱਗੇ ਸੇਲ ਪਰਚੇਸ ਕਰਨ ਵਾਸਤੇ। ਐਨਕਾਊਂਟਰ ਨਿਤਲਵਾੜਾ ਸੇ ਜੋਤੀ ਗੌਤਮ ਕੀ ਰਿਪੋਰਟ।